ਕਿਸਾਨ ਅੰਦੋਲਨ ਦੇ ਦੌਰਾਨ ਬਹੁਤ ਸਾਰੇ ਕਿਸਾਨਾਂ ਦੀ ਮੌਤ ਜਿਹੜੀ ਹੈ ਅੰਦੋਲਨ ਦੇ ਵਿੱਚ ਹੋ ਗਈ ਸੀਗੀ। ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਏਗੀ। ਮਤੀ ਸਾਹਿਬ, ਹੁਣ ਤੱਕ ਕਿੰਨੀਆਂ ਨੌਕਰੀਆਂ ਜਿਹੜੀਆਂ ਉਹਨਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ? ਜਿਹੜੀਆਂ ਨੌਕਰੀਆਂ ਸੀ ਕਿਸਾਨ ਮੋਰਚੇ ਵਿੱਚ ਸਾਡੇ ਕਿਸਾਨ ਭਰਾ ਬਜ਼ੁਰਗ ਵੀਰ ਉੱਥੇ ਸ਼ਹੀਦੀਆਂ ਪਾ ਕੇ ਉਹਨਾਂ ਨੂੰ ਵਾਰਸਾਂ ਦਿੱਤੀਆਂ। ਇੱਕ ਸ਼ਿਕਾਇਤ ਤੁਹਾਡੇ ਕੋਲ ਲਗਾਤਾਰ ਆ ਰਹੀ ਹੈ ਕਿ ਕੁਝ ਥਾਵਾਂ ਦੇ ਉੱਤੇ ਖਾਦਾਂ ਦੇ ਨਾਲ ਧੱਕੇ ਨਾਲ ਹੋਰ ਸਮਾਨ ਵੀ ਜਿਹੜੇ ਆ ਉਹ ਵੇਚਿਆ ਜਾ ਰਿਹਾ ਵਾ। ਕਈ ਕਿਸਾਨ ਸਿਰਫ ਇਕੱਲੀ ਖਾਦ ਲੈਣ ਜਾਂਦੇ ਨੇ, ਕਿ ਕਹਿ ਦਿੰਦੇ ਕਿ ਨਹੀਂ ਵੀ ਇਹ ਵੀ ਲੈ ਲਓ, ਇਹ ਵੀ ਲੈ ਲਓ, ਇਹ ਵੀ ਲੈ ਲਓ। ਅਸੀਂ ਚਾਹਾਂਗੇ ਕਿ ਪੰਜਾਬ ਦੇ ਲੋਕ ਆਪਣੀ ਮੁਨਾਫੇ ਵਾਲੀ ਖੇਤੀ ਕਰ ਸਕਣ ਤੇ ਸੌਖੀ ਕਰ ਸਕਣ ਤੇ ਸਾਡਾ ਪਾਣੀ ਵੀ ਬਚ ਸਕੇ। ਕਿਸਾਨ ਅੰਦੋਲਨ ਦੇ ਦੌਰਾਨ ਬਹੁਤ ਸਾਰੇ ਕਿਸਾਨਾਂ ਦੀ ਮੌਤ ਜਿਹੜੀ ਹੈ ਅੰਦੋਲਨ ਦੇ ਵਿੱਚ ਹੋ ਗਈ ਸੀਗੀ। ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਏਗੀ, ਔਰ ਅੱਜ ਕੁਝ ਪਰਿਵਾਰਾਂ ਨੂੰ ਨੌਕਰੀ ਵੀ ਦਿੱਤੀ ਗਈ ਹੈ। ਗੱਲਬਾਤ ਕਰਾਂਗੇ ਖੇਤੀਬਾੜੀ ਮੰਤਰੀ ਨਾਲ। ਮੰਤਰੀ ਸਾਹਿਬ, ਹੁਣ ਤੱਕ ਕਿੰਨੀਆਂ ਨੌਕਰੀਆਂ ਜਿਹੜੀਆਂ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ, ਔਰ ਅੱਜ ਵੀ 30 ਦੇ ਕਰੀਬ ਨੌਕਰੀਆਂ ਜਿਹੜੀਆਂ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੱਤੀਆਂ? ਇਹ ਕਿਸ ਪੋਸਟ ਲਈ ਹੁੰਦੀਆਂ? ਖੇਤੀਬਾੜੀ ਮਹਿਕਮੇ 'ਚ ਹੀ ਇਹ ਨੌਕਰੀਆਂ ਨੇ? ਸਭ ਤੋਂ ਪਹਿਲਾਂ ਤੁਹਾਡਾ ਪੰਕਜ ਜੀ, ਨਿਊਜ਼ 18 ਦਾ ਬਹੁਤ ਧੰਨਵਾਦ ਕਰਦਾ ਜੀ ਆਇਆਂ ਨੂੰ। ਅੱਜ ਆਪਾਂ ਚਾਹੇ ਖੇਤੀਬਾੜੀ ਦੇ ਜਿਹੜੇ ਸਾਡੇ ਕਿਸਾਨ ਭਰਾ ਮੋਰਚੇ ਵਿੱਚ ਗਏ ਸੀ, ਉਹਨਾਂ ਦੀਆਂ ਕੁਛ ਨੌਕਰੀਆਂ ਰਹਿੰਦੀਆਂ ਸੀ, ਉਹਨਾਂ ਨੂੰ 30 ਕੁ ਜਿਹੜੇ ਉਹਨਾਂ ਦੇ ਵਾਰਸ ਸੀ ਉਹਨਾਂ ਨੂੰ ਦਿੱਤੀਆਂ ਗਈਆਂ। 8 ਨੌਕਰੀਆਂ ਜਿਹੜੀਆਂ ਜਿਹਦੇ 'ਚੋਂ 6 ਸਾਡੀਆਂ ਪਸ਼ੂ ਪਾਲਣ ਮਹਿਕਮੇ ਨਾਲ ਸੀ ਅਤੇ 2 ਡੇਅਰੀ ਵਿਭਾਗ ਨਾਲ ਸੀ। ਸੋ ਸਰਦਾਰ ਭਗਵੰਤ ਸਿੰਘ ਮਾਨ ਜਦੋਂ ਸਰਕਾਰ ਵਿੱਚ ਆਏ ਉਦੋਂ ਇਹ ਗੱਲ ਪਹਿਲਾਂ ਕਰੀ ਸੀ ਵੀ ਸਾਡੀ ਕੋਸ਼ਿਸ਼ ਹੋਊਗੀ ਕਿ ਸਾਡੇ ਜਿਹੜੇ ਬੱਚੇ ਹੈ ਉਹਨਾਂ ਨੂੰ ਵੱਧ ਤੋਂ ਵੱਧ ਇੱਥੇ ਸਮੇਂ ਸਿਰ ਨੌਕਰੀਆਂ ਦਿੱਤੀਆਂ ਜਾਣ ਤਾਂ ਜੋ ਬਾਹਰ ਵੱਲ ਵੀ ਬੜਾ ਝੁਕਾਅ ਨਾ ਕਰਨ ਅਤੇ ਪੜ੍ਹਨ ਵੱਲ ਜ਼ਿਆਦਾ ਰੁਚੀ ਕਰਨ, ਜਿਹਦੇ ਨਾਲ ਅੱਜ ਇਹਨਾਂ ਨੌਕਰੀਆਂ ਦੇ ਨਾਲ ਜਿਹੜੀਆਂ 44,974-75 ਦੇ ਕਰੀਬ ਹੋ ਗਈਆਂ ਨੇ ਉਹ ਜਿਹੜੀਆਂ ਨੌਕਰੀਆਂ ਨੂੰ ਵੇਖਦਿਆਂ ਸਾਡੇ ਬੱਚਿਆਂ ਵਿੱਚ ਰੁਝਾਨ ਵੀ ਆਇਆ ਕਿ ਉਹ ਇਧਰਲੇ ਪਾਸੇ ਖਿਆਲ ਕਰਦੇ ਆ ਕਿ ਮੇਰਾ ਮੈਰਿਟ ਵਿੱਚ ਨਾ ਆ ਸਕਦਾ ਜੇ ਮੈਂ ਜ਼ੋਰ ਲਾਵਾਂ। ਸਾਰੀਆਂ ਟੋਟਲੀ ਜਿਹੜੀਆਂ ਪੂਰੀ ਟਰਾਂਸਪੇਰੈਂਸੀ ਹੈ, ਕੋਈ ਵੀ ਕਿਸੇ ਨੂੰ ਇਹੋ ਜਿਹੀ ਗੱਲ ਨਹੀਂ, ਕੈਸ਼ ਫਰਮੈਸ਼ ਦੀਆਂ ਗੱਲਾਂ ਇਸ ਸਰਕਾਰ ਵਿੱਚ ਨਹੀਂ ਚੱਲੀਆਂ। ਜਿਹੜੇ ਕਿਸਾਨ ਅੰਦੋਲਨ ਦੇ ਦੌਰਾਨ, ਮੈਂ ਇਹੀ ਬੇਨਤੀ ਕਰਦਾ, ਕੁਛ ਜਿਹੜੀਆਂ ਨੌਕਰੀਆਂ ਸੀ ਕਿਸਾਨ ਮੋਰਚੇ ਵਿੱਚ ਸਾਡੇ ਕਿਸਾਨ ਭਰਾ ਬਜ਼ੁਰਗ ਵੀਰ ਉੱਥੇ ਸ਼ਹੀਦੀਆਂ ਪਾ ਗਏ ਸੀ ਉਹਨਾਂ ਨੂੰ ਵਾਰਸਾਂ ਨੂੰ ਦਿੱਤੀਆਂ। ਅੱਜ ਤੱਕ ਜਿਹੜੀਆਂ ਸਾਡੇ ਮਹਿਕਮੇ ਵੱਲੋਂ 527 ਜਿਹੜੀਆਂ ਕਲਾਸ ਡੀ ਅਤੇ 65 ਜਿਹੜੀਆਂ ਸੀ, ਜਿਹੜੀਆਂ ਹੁਣ ਤੱਕ 592 ਨੌਕਰੀਆਂ ਅਸੀਂ ਕਲਾਸ ਡੀ ਅਤੇ ਕਲਾਸ ਸੀ 'ਚ ਦਿੱਤੀਆਂ, ਹਾਂਜੀ 65 ਸੀ ਵਿੱਚ ਆ ਗਈਆਂ, ਤੋ ਉਹਨਾਂ ਵਾਰਸਾਂ ਨੂੰ ਦੇ ਦਿੱਤੀਆਂ ਗਈਆਂ। ਸਾਡੀ ਪੰਜਾਬ ਸਰਕਾਰ ਦੀ, ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ, ਜਾਂ ਮੈਂ ਖੇਤੀਬਾੜੀ ਮਹਿਕਮਾ ਸਾਂਭਦਾ, ਸਾਡੇ ਵੱਲੋਂ ਇਹ ਕੋਸ਼ਿਸ਼ ਹੈ ਜੋ ਕਿ ਰਹਿ ਵੀ ਗਈਆਂ ਨੇ ਉਹਨਾਂ ਨਾਲ ਵੀ ਪੂਰੀ ਹਮਦਰਦੀ ਨਾਲ ਵਿਚਾਰ ਕਰਕੇ ਕੋਈ ਕੇਸ ਉਲਝਿਆ ਜਾਂ ਕੋਈ ਤਕਨੀਕੀ ਉਹਦੇ ਵਿੱਚ ਮਾੜੀ ਮੋਟੀ ਕਸਰ ਰਹਿ ਗਈ ਹੈ ਤਾਂ ਉਹਨੂੰ ਪੂਰਾ ਕਰਵਾ ਕੇ ਉਹਨਾਂ ਨੂੰ ਕਿਸੇ ਨੂੰ ਇਹੋ ਜਿਹੀ ਗੱਲ ਨਹੀਂ ਕਿ ਅਸੀਂ ਉਹਨੂੰ ਵਾਂਝਾ ਰੱਖਾਂਗੇ। ਇੱਕ ਸ਼ਿਕਾਇਤ ਤੁਹਾਡੇ ਕੋਲ ਲਗਾਤਾਰ ਆ ਰਹੀ ਹੈ ਕਿ ਕੁਝ ਥਾਵਾਂ ਦੇ ਉੱਤੇ ਖਾਦਾਂ ਦੇ ਨਾਲ ਧੱਕੇ ਨਾਲ ਹੋਰ ਸਮਾਨ ਵੀ ਜਿਹੜੇ ਆ ਉਹ ਵੇਚਿਆ ਜਾ ਰਿਹਾ ਵਾ। ਕਈ ਕਿਸਾਨ ਸਿਰਫ ਇਕੱਲੀ ਖਾਦ ਲੈਣ ਜਾਂਦੇ ਨੇ, ਲੇਕਿਨ ਕਹਿ ਦਿੰਦੇ ਕਿ ਨਹੀਂ ਵੀ ਇਹ ਵੀ ਲੈ ਲਓ, ਇਹ ਵੀ ਲੈ ਲਓ, ਇਹ ਵੀ ਲੈ ਲਓ।
ਉਹ ਤੁਹਾਡੇ ਕੋਲ ਵੀ ਮਸਲਾ ਪਹੁੰਚਿਆ ਹੋਇਆ, ਉਸ ਤੇ ਕੋਈ ਕਾਰਵਾਈ ਕੀਤੀ ਜਾ ਰਹੀ? ਮੇਰੇ ਕੋਲ ਲਗਾਤਾਰ ਨਹੀਂ, ਮੇਰੇ ਕੋਲ ਥੋੜੀ ਜਿਹੀ ਗੱਲ ਪਹੁੰਚੀ ਸੀ। ਮੈਂ ਨਾਲ ਦੀ ਨਾਲ ਹੀ ਚਾਰ ਟੀਮਾਂ ਬਣਾ ਦਿੱਤੀਆਂ ਗਈਆਂ, ਚੀਫ ਸਾਹਿਬਾਨ ਨੂੰ ਕਹਿ ਦਿੱਤਾ, ਮੈਂ ਕਿਸਾਨ ਭਰਾਵਾਂ ਨੂੰ ਜਿਨ੍ਹਾਂ ਨਾਲ ਇਹੋ ਜਿਹੀ ਗੱਲ ਹੁੰਦੀ ਹੈ, ਸਾਡੇ ਚੀਫ ਬੈਠੇ ਨੇ, ਉਹਨਾਂ ਨੂੰ ਟੈਲੀਫੋਨ ਤੇ ਗੱਲ ਕਰਨ, ਨੇੜੇ ਦਾ ਕੋਈ ਵੀ ਸਾਡਾ ਅਧਿਕਾਰੀ ਜਾ ਕੇ ਇਹੋ ਜਿਹੀ ਗੱਲ ਹੋਵੇ ਕਿਸੇ ਨੂੰ ਟੈਗ ਨਹੀਂ ਕਰਨ ਦਿੱਤਾ ਜਾਊਗਾ, ਕਿਉਂਕਿ ਹਰ ਇੱਕ ਬੰਦੇ ਨੇ ਜੇ DAP ਲੈਣੀ ਹੈ ਜਾਂ NPK ਲੈਣੀ ਹੈ ਜਾਂ ਸੁਪਰ ਫਾਸਫੇਟ ਲੈਣੀ ਹੈ ਤਾਂ ਉਹਨੇ ਪੈਸੇ ਦੇ ਕੇ ਲੈਣੀ ਹੈ, ਸਮਾਨ ਨਾਲ ਨਹੀਂ। ਇਹ ਚਾਰ ਟੀਮਾਂ ਗਠਨ ਕੀਤੀਆਂ, ਔਰ ਕੀ ਮਾਝਾ ਮਾਲਵਾ ਦੁਆਬਾ ਕਿਸ ਤਰੀਕੇ ਨਾਲ ਕੀਤਾ ਔਰ ਕੀ ਕਾਰਵਾਈ ਕਿਸ ਤਰੀਕੇ ਨਾਲ ਹੋ ਸਕਦੀ? ਕਾਰਵਾਈ ਅਥਾਰਟੀ ਉਹਨਾਂ ਕੋਲ ਜੇ ਕੋਈ ਇਹੋ ਜਿਹੀ ਗਲਤ ਘਿਨਾਉਣੀ ਹਰਕਤ ਕਰਦਾ ਤਾਂ ਉਹਦੇ ਖਿਲਾਫ ਸਖਤੀ ਨਾਲ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ। ਸੂਬੇ DAP ਦੀ ਸਥਿਤੀ ਕੀ ਹੈ ਇਸ ਵੇਲੇ? DAP ਦੀ ਜਿਹੜੀ ਸਥਿਤੀ ਸੰਸਥਾ ਜੋ ਯੋਗ ਹੈਗੀ, ਕੋਈ ਗੱਲ ਨਹੀਂ ਉਹਦੀ ਪੂਰੀ। ਮੈਂ ਕੱਲ ਹੀ ਮੇਰੇ ਕੋਲ ਤੁਹਾਡੇ ਚੋਂ ਕਈ ਭਰਾ ਆਏ ਸੀ, ਜਿਹੜੀ ਅੱਜ ਤੱਕ ਦੀ ਸਥਿਤੀ ਹੈ ਸਾਨੂੰ DAP ਪਿਛਲੀ ਵਾਰ ਮੇਰਾ ਖਿਆਲ ਜਿਹੜੀ 3 ਲੱਖ ਕੁਛ 96 ਸੀ ਅਤੇ 2 ਲੱਖ ਕੁਛ 63 ਕੇ ਸਾਨੂੰ ਹੁਣ ਮਿਲੀ ਆ, ਉਹਦੇ ਚੋਂ DAP ਘੱਟ ਮਿਲੀ, ਪਰ ਅਜੇ ਤੱਕ DAP ਦੀ ਜਿਵੇਂ ਲੋੜ ਹੈ, ਕਣਕ ਦੀ ਬਿਜਾਈ ਵੇਲੇ ਲੋੜ ਹੈ, ਜਿੱਦੋਂ ਆਲੂਆਂ ਵੇਲੇ ਲੋੜ ਸੀ ਉਦੋਂ ਵੀ ਇਹ, ਕਿਉਂਕਿ ਕਈ ਵਾਰੀ ਤੱਥਾਂ ਤੋਂ ਬਾਹਰ ਹੀ ਰੌਲਾ ਪਾ ਦਿੱਤਾ ਜਾਂਦਾ, ਉਦੋਂ ਕਿਹਾ ਗਿਆ ਵੀ DAP ਨਹੀਂ, ਤੋ ਜਦੋਂ ਮੁੱਖ ਮੰਤਰੀ ਸਾਹਿਬ ਨੇ ਮਾਣਯੋਗ ਉਥੋਂ ਖਾਦ ਦੇ ਮੰਤਰੀ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਆਖਿਆ ਜ਼ਰੂਰ ਆਊ। 85,000 ਦੀ 80,000 ਦੀ ਲੋੜ ਸੀ, 1 ਲੱਖ ਮੀਟਰਿਕ ਟਨ ਆ ਗਈ ਸੀ। ਹੁਣ ਪਿਛਲੇ ਸਮੇਂ ਨਾਲੋਂ 3.96 ਨਾਲ ਮੇਰੇ ਕੋਲ 3.46 ਮੇਰੇ ਕੋਲ ਹੁਣ ਇਸ ਵੇਲੇ ਡਾਟਾ ਨੇ, ਜਿਹਦੇ ਚ DAP ਵੀ ਹੈ, ਇੱਕ NPK ਹੈ, ਉਹ ਵੀ DAP ਵਾਂਗ ਹੁੰਦੀ ਹੈ। ਜੇ ਕਿਤੇ ਥੋੜੀ ਮੋੜੀ ਥੋੜੋ ਪੈ ਜੇ ਤਾਂ ਸੁਪਰ ਫਾਸਫੇਟ ਫਾਸਫੋਰਸ ਹੀ ਪਾਉਣੀ ਹੁੰਦੀ ਹੈ, ਨਾਲ ਯੂਰੀਆ ਪਾ ਲਈ, ਉਹ ਸਾਡੇ ਕੋਲ ਰਲਾ ਕੇ ਨਾਲ ਇੱਕ ਨਵੀਂ ਟ੍ਰਿਪਲ ਸੁਪਰ ਫਾਸਫੇਟ ਹੈ DAP ਵਰਗੀ ਹੈ, ਨਾਲ ਨਾਈਟ੍ਰੋਜਨ ਉਹਦੇ ਐਡ ਕਰਨੀ ਪੈਂਦੀ ਹੈ, ਉਹ ਖਾਦ ਸਾਡੇ ਕੋਲ ਪਹੁੰਚ ਗਈ ਹੈ, ਪਹੁੰਚੀ ਜਾ ਰਹੀ ਹੈ, ਨਿਰੰਤਰ ਇੰਸਟਾਲਮੈਂਟ ਆਈ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਜੇ ਕੋਈ ਇਹੋ ਜਿਹੀ ਸਥਿਤੀ ਆਈ ਤਾਂ ਮੈਂ ਵੀ ਇਹ ਗੱਲ ਕਹੂੰਗਾ ਵੀ ਇਹ ਨਹੀਂ ਹੋ ਰਹੀ। ਪਿਛਲੇ ਦਿਨਾਂ ਚ ਕੇਂਦਰ ਤੋਂ ਮੰਗ ਵੀ ਕੀਤੀ ਸੀ, ਕੇਂਦਰ ਨੇ ਜਿੰਨੀ ਤੁਸੀਂ ਡਿਮਾਂਡ ਕੀਤੀ ਸੀ ਭੇਜ ਦਿੱਤੀ ਹੈ DAP? ਤਕਰੀਬਨ ਚੱਲ ਰਿਹਾ। ਇਸ ਤੋਂ ਇਲਾਵਾ ਸੂਰਜ ਦੀ ਮੰਗ ਨੂੰ ਲੈ ਕੇ ਕੱਲ ਮੁੱਖ ਮੰਤਰੀ ਨੇ ਚਿੱਠੀ ਵੀ ਲਿਖੀ ਕਿ ਨਵੀਂ ਫਸਲ ਆਣੀ ਹੈ ਔਰ ਸਾਡੇ ਪਹਿਲਾਂ ਤੋਂ ਸੂਰਜ ਫੁੱਲ ਚੱਲ ਰਹੀ ਹੈ, ਜਲਦ ਤੋਂ ਜਲਦ ਜ਼ਿਆਦਾ ਤੋਂ ਜ਼ਿਆਦਾ ਫਸਲ ਜਿਹੜੀ ਉਹ ਚੱਕੀ ਜਾਵੇ। ਲਗਭਗ ਇਹ ਵੀ ਕਿਹਾ ਕਿ 1 ਮਹੀਨੇ ਚ 20 ਲੱਖ ਮੈਟ੍ਰਿਕ ਟਨ ਜਿਹੜੀ ਹੈ ਉਹ ਫਸਲ ਚੱਕੀ ਜਾਵੇ ਤਾਂ ਕਿ ਬਾਹਰ ਜਿਹੜੀ ਹੈ ਨਵੀਂ ਫਸਲ ਨਾ ਰੱਖੀ ਜਾਵੇ, ਸਾਨੂੰ ਸਟੋਰੇਜ ਚ ਰੱਖੀ ਜਾਵੇ। ਤੁਸੀਂ ਸਾਰੇ ਜਾਣਦੇ ਹੋ ਕਿ ਇਹ ਹੁੰਦਾ ਤਾਂ ਸੈਂਟਰ ਗੌਰਮੈਂਟ ਦੇ ਹੱਥ ਵਿਚ ਹੈ, ਉਨ੍ਹਾਂ ਨੇ ਸਾਨੂੰ ਸਪੈਸ਼ਲ ਭੇਜਣੀਆਂ ਹੁੰਦੀਆਂ, ਟ੍ਰੇਨਾਂ ਰੈਕ ਲੱਗਦੇ ਆ, ਉਹਦੇ ਵਿਚ ਉਨ੍ਹਾਂ ਨੇ ਦੇਰੀ ਕੀਤੀ ਹੈ। ਜਿਵੇਂ ਤੁਸੀਂ ਮੁੱਖ ਮੰਤਰੀ ਸਾਹਿਬ ਨੇ ਕਹਿ ਦਿੱਤਾ, ਸਪਸ਼ਟ ਕਰ ਦਿੱਤਾ ਕਿ ਅਸੀਂ ਲੱਗੇ ਹੋਏ ਹਾਂ, ਉਨ੍ਹਾਂ ਨੂੰ ਕਿਹਾ, ਤਕਰੀਬਨ ਕਾਫੀ ਮਾਮਲਾ ਸੁਧਰਦਾ ਜਾ ਰਿਹਾ, ਸੁਲਝਦਾ ਜਾ ਰਿਹਾ। ਕਿਉਂਕਿ ਖੇਤੀ ਨੀਤੀ ਦਾ ਬੜਾ ਜ਼ਿਕਰ ਹੋ ਰਿਹਾ, ਖੇਤੀ ਨੀਤੀ ਨੂੰ ਲੈ ਕੇ ਤੁਸੀਂ ਇੱਕ ਡਰਾਫਟ ਬਣਾਇਆ ਜਿਹੜਾ ਕਿਸਾਨਾਂ ਨੂੰ ਦਿੱਤਾ, ਉਨ੍ਹਾਂ ਦੇ ਵਿਚ ਬਹੁਤ ਸਾਰੀਆਂ ਗੱਲਾਂ ਤੁਸੀਂ ਖੇਤੀ ਨੀਤੀ ਦੇ ਵਿਚ ਰੱਖੀਆਂ ਨੇ, ਇਹ ਕਦੋਂ ਤੱਕ ਲਾਗੂ ਹੋ ਜਾਏਗੀ ਔਰ ਕਿਹੜੇ ਮੁੱਖ ਪੁਆਇੰਟ ਜਿਹੜੇ ਬੁਲੇਟ ਪੁਆਇੰਟ ਕਹੀਏ ਕਿ ਕਿਸਾਨਾਂ ਨੂੰ ਇਸ ਖੇਤੀ ਨੀਤੀ ਨਾਲ ਲਾਹਾ ਮਿਲੇਗਾ? ਦੇਖੋ, ਖੇਤੀ ਨੀਤੀ ਦਾ ਕਾਫੀ ਚਿਰ ਤੋਂ ਇਸ ਗੱਲ ਤਾਂ ਸੀ ਵੀ ਇਹਨੂੰ ਜਲਦੀ ਕਰੋ, ਜਲਦੀ ਕਰੋ। ਮੈਂ ਵੀ ਮੰਤਰੀ ਹੋਣ ਦੇ ਨਾਂ ਤੇ ਚਾਹੁੰਦਾ ਸੀ ਵੀ ਇਹ ਕਿਸਾਨ ਭਰਾਵਾਂ ਤਾਈਂ ਖੁਸ਼ਖਬਰੀ ਪਹੁੰਚ ਜਾਣੀ ਚਾਹੀਦੀ ਹੈ,
ਪਰ ਉਹਦੇ ਵਿੱਚ ਮਾਹਰ ਲੋਕ ਲੱਗੇ ਸਨ ਸਾਡੇ ਫਾਰਮਰਸ ਕਮਿਸ਼ਨ ਦੇ ਚੇਅਰਮੈਨ ਸੁਖਪਾਲ ਸਿੰਘ ਉਹਨਾਂ ਦੀ ਅਗਵਾਈ 'ਚ ਹੈ। ਉਹਨਾਂ ਨੇ ਬਹੁਤ ਸਾਰੇ ਥਾਵਾਂ ਵਿਗਿਆਨੀਆਂ ਨਾਲ, ਆਪ ਵੀ ਵਿਗਿਆਨੀ ਨੇ, ਯੂਨੀਵਰਸਿਟੀ 'ਚ ਪੜ੍ਹਾਉਂਦੇ ਰਹੇ ਆ, ਔਰ ਕਿਸਾਨਾਂ ਨਾਲ ਸਾਰੇ ਤਕਰੀਬਨ ਵਰਗਾਂ ਨਾਲ ਉਹਨਾਂ ਨੇ ਇਸ 'ਤੇ ਗੱਲਬਾਤ ਕੀਤੀ ਅਤੇ ਉਹ ਖਰੜਾ ਤਿਆਰ ਕੀਤਾ। ਕਿਸਾਨ ਯੂਨੀਅਨ ਨਾਲ ਆਈਆਂ ਸੀ, ਉਹਨਾਂ ਨੇ ਮੰਗ ਕੀਤੀ ਸੀ ਵੀ ਸਾਡੇ ਤੱਕ ਵੀ ਦਿੱਤਾ ਜਾਵੇ, ਉਹਨਾਂ ਨੂੰ ਦਿੱਤਾ ਗਿਆ, ਔਰ ਉਹਦੇ 'ਤੇ ਥੋੜ੍ਹੀ ਮੋਟੀ ਜੇ ਇੱਕ ਦੂਸਰੇ ਦੀ ਕੋਈ ਰਾਏ ਦੇਣੀ ਆ ਉਹ ਵੀ ਉਹਨੂੰ ਵੇਖ ਲੈਣਾ ਸਾਡਾ ਫਰਜ਼ ਹੈ। ਅਸਲ ਵਿੱਚ ਨਾ ਜਿਹੜਾ ਜ਼ਿਆਦਾ ਸਾਨੂੰ ਖੇਤੀ 'ਤੇ ਹੈ, ਅਸੀਂ ਚੌਲ ਬਹੁਤਾ ਪੈਦਾ ਕਰਨ ਲੱਗ ਗਏ ਅਤੇ ਚੌਲ ਪੈਦਾ ਕਰਨ ਵਾਸਤੇ ਸਾਨੂੰ ਬਿਜਲੀ ਵੀ ਬਹੁਤ ਦੇਣੀ ਪੈਂਦੀ ਹੈ ਅਤੇ ਸਾਨੂੰ ਪਾਣੀ ਦਾ ਵੀ ਵੱਡਾ, ਅਸੀਂ ਥੱਲਿਓਂ ਵੀ ਬਹੁਤ ਚੱਕੀਆਂ ਨੇ ਡੂੰਘਾ ਹੋ ਰਿਹਾ, ਅਤੇ ਇਹਦੇ ਨਾਲ ਸਾਨੂੰ ਚਿੰਤਾ ਵੀ ਹੋ ਰਹੀ ਹੈ ਵੀ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਨਸਲਾਂ ਉਹਨਾਂ ਵਾਸਤੇ ਅਸੀਂ ਕੀ ਛੱਡ ਚੱਲੇ ਹਾਂ। ਠੀਕ ਹੈ, ਇੱਕ ਵਾਰੀ ਮੁਨਾਫੇ ਲਈ ਜਾਂ ਖੇਤੀ ਲਾਹੇਵੰਦੇ ਦੇ ਲਈ ਝੋਨੇ ਦੀ ਫਸਲ ਨੂੰ ਅਪਣਾ ਲਿਆ, ਜ਼ਿਮੀਦਾਰ ਭਰਾ ਵੀ ਇਹ ਚਾਹੁੰਦੇ ਆ ਵੀ ਇਸ ਤੋਂ ਅਸੀਂ ਪਾਸੇ ਕਿਵੇਂ ਨਾ ਕਿਵੇਂ ਹੋ ਜਾਵਾਂਗੇ, ਤਾਂ ਕਿ ਕੁਛ ਇਹਦਾ ਅਲਟਰਨੇਟਿਵ ਉਹਦੇ ਲਈ ਕੋਸ਼ਿਸ਼ ਹੈ ਸਰਕਾਰ ਨੇ ਸੈਕਟਰ ਵਾਈਜ਼ ਉਹਨੂੰ ਬਣਾ ਕੇ ਜਿੱਥੇ ਕਪਾਹ ਦੀ ਫਸਲ ਹੋ ਸਕਦੀ ਹੋਵੇ ਉੱਥੇ ਜਿਹੜੀਆਂ ਬਣਦੀਆਂ ਸਹੂਲਤਾਂ ਵੱਧ ਤੋਂ ਵੱਧ ਅਸੀਂ ਉਸ ਥਾਂ, ਨਾਲੇ ਤਾਂ ਇੱਕ ਜ਼ੋਨ ਵਾਈਜ਼ ਦੇ ਨਾਲ ਇੱਕ ਪੀੜ ਵਾਈਜ਼ ਵੀ ਹੋ ਜਾਣਗੀਆਂ ਵੀ ਜਿੱਥੇ ਦੂਸਰੀ ਫਸਲ ਹੋ ਸਕਦੀ ਹੈ, ਜਿਵੇਂ ਗੁਰਦਾਸਪੁਰ ਵੱਲ ਗੰਨੇ ਦੀ ਫਸਲ ਨੂੰ ਬਹੁਤ ਹੁੰਗਾਰਾ ਵੀ ਮਿਲਦਾ ਅਤੇ ਸਾਨੂੰ ਵੱਡੀ ਉਮੀਦ ਵੀ ਹੈ। ਇਸੇ ਤਰ੍ਹਾਂ ਜਿੱਥੇ ਮਾਨਸਾ ਮੂਨਸਾ ਵੱਲ ਇੱਧਰ ਪਿਆਜ਼ਪੁਰ ਵੱਲ ਵੀ ਧਿਆਨ ਦਿੱਤਾ ਜਾ ਸਕਦਾ, ਜਿਹੜੀਆਂ ਫਸਲਾਂ ਦੀ ਰੋਜ਼ ਲੋੜ ਵੀ ਹੈ ਅਤੇ ਉਹਦਾ ਮੁੱਲ ਵੀ ਮਿਲ ਜਾਂਦਾ, ਥੋੜਾ ਸਮਾਂ ਜ਼ਰੂਰ ਲੱਗੂਗਾ ਉਹਨੂੰ ਹੌਲੀ ਹੌਲੀ ਹੌਲੀ, ਜੇ ਉਹਨੂੰ ਕਹੀਏ ਅਮਲੀ ਜਾਮਾ ਪਹਿਨਾਉਣ ਦੇ ਵਿੱਚ ਜਦੋਂ ਲਾਗੂ ਵੀ ਕਰਾਂਗੇ ਤਾਂ ਹੌਲੀ ਹੌਲੀ ਸੈਕਟਰ ਵਾਈਜ਼ ਉਹਨੂੰ ਕਰਦੇ ਜਾਵਾਂਗੇ। ਅਸੀਂ ਚਾਹਵਾਂਗੇ ਕਿ ਪੰਜਾਬ ਦੇ ਲੋਕ ਆਪਣੀ ਮੁਨਾਫੇ ਵਾਲੀ ਖੇਤੀ ਕਰ ਸਕਣ ਅਤੇ ਸੌਖੀ ਕਰ ਸਕਣ ਅਤੇ ਸਾਡਾ ਪਾਣੀ ਵੀ ਬਚ ਸਕੇ। ਤੁਸੀਂ ਇੱਕ ਪਾਣੀ ਬਚਾਓ ਇਨਾਮ ਪਾਓ ਸਕੀਮ ਵੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਇਸ ਖੇਤੀ ਨੀਤੀ ਦੇ ਵਿੱਚ, ਉਹ ਕੀ ਹੈ? ਉਹਦੇ ਵਿੱਚ ਕੀਤਾ ਗਿਆ ਸੀ ਵੀ ਜਿਨ੍ਹਾਂ ਨੇ ਮੋਟਰਾਂ ਦੇ ਬਿੱਲ ਲਵਾਉਣੇ ਆ, ਮੀਟਰ ਲਵਾਉਣੇ ਆ, ਉਹ ਲਵਾ ਲੈਣ, ਜੇ ਉਹ ਘੱਟ ਬਿਜਲੀ ਫੂਕਣਗੇ ਤਾਂ ਅਸੀਂ ਉਹਨਾਂ ਨੂੰ ਜ਼ਰੂਰ ਉਹਦਾ ਕੁਛ ਨਾ ਕੁਛ ਕੰਪਨਸੇਸ਼ਨ ਦੇ। 23 ਫਸਲਾਂ ਤੇ MSP ਦਾ ਵੀ ਤੁਸੀਂ ਜ਼ਿਕਰ ਕੀਤਾ, ਇਹ ਕਿਸ ਤਰੀਕੇ ਨਾਲ ਇੰਪਲੀਮੈਂਟ ਹੋ ਸਕਦਾ, ਕਿਉਂਕਿ ਵਿਰੋਧੀ ਕਹਿ ਰਹੇ ਕਹਿੰਦੇ ਕਿ ਫੰਡ ਕਿੱਥੋਂ ਆਏਗਾ ਕਿਵੇਂ ਆਏਗਾ ਇਹ ਕਲੀਅਰ ਕਰੋ। ਜਿਹੜੀਆਂ ਇਹ 23 ਫਸਲਾਂ ਨੇ ਅਸੀਂ ਕਹਿੰਦੇ MSP ਮਿਲਣੀ ਚਾਹੀਦੀ ਹੈ, ਇਹਨੂੰ ਸੈਂਟਰ ਗੌਰਮੈਂਟ ਲਾਜ਼ਮੀ ਬਣਾਵੇ, ਸਾਡੇ ਪਾਰਲੀਮੈਂਟ ਦੇ ਜਿਹੜੇ ਨੁਮਾਇੰਦੇ ਨੇ ਸਾਰੇ ਲੋਕ ਸਾਰੀਆਂ ਪਾਰਟੀਆਂ ਦੇ, ਉਹਨਾਂ ਦਾ ਫਰਜ਼ ਬਣਦਾ ਇਹਨੂੰ ਉੱਥੇ ਇਹਦਾ ਬਹਿਸ ਰੱਖ ਕੇ ਇਹਨੂੰ ਪਾਸ ਕਰਵਾ ਦੇਣਾ ਚਾਹੀਦਾ। ਜਿਹੜਾ ਤੁਸੀਂ ਡਰਾਫਟ ਦਿੱਤਾ ਇਸ ਦੇ ਵਿੱਚ ਵੀ ਕੋਈ ਤਬਦੀਲੀ ਕੀਤੀ ਜਾ ਸਕਦੀ ਹੈ ਜੇ ਕਿਸਾਨਾਂ ਨੂੰ ਨਹੀਂ ਪਸੰਦ ਆਉਂਦੀ, ਔਰ ਨਾਲ ਹੀ ਨਾਲ ਇਹ ਕਦੋਂ ਤੱਕ ਜਿਹੜਾ ਇਹਨੂੰ ਅਮਲੀ ਜਾਮਾ ਬਣਾ ਕੇ ਲਾਗੂ ਕੀਤੀ ਜਾਏਗੀ? ਜਲਦੀ ਹੋਜੂਗੀ, ਮੁੱਖ ਮੰਤਰੀ ਸਾਹਿਬ ਨੇ ਵੀ ਇਸ ਗੱਲ ਦਾ ਭਰੋਸਾ ਦਿੱਤਾ, ਇਸ ਨੂੰ ਮਾਹਰ ਲੋਕ ਇਹਨਾਂ ਕਿਸਾਨ ਭਰਾਵਾਂ ਦੀਆਂ ਅਤੇ ਹੋਰ ਗੱਲਾਂ ਬਾਤਾਂ ਸੁਣ ਸੁਣਾ ਕੇ ਗੱਲ ਕਰਨ ਲਿਖੀ ਹੋ ਜਾਵੇਗੀ।